ਅਜੀਤ ਵੈੱਬ ਟੀਵੀ ਵੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸ੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਕਵਲਜੀਤ ਸਿੰਘ ਚੀਮਾ। ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾੜੀ ਬੁੱਚਿਆਂ ਦੇ ਵਿੱਚ, ਜਿਸ ਨੂੰ ਤਹਿਸੀਲ ਲੱਗਦੀ ਹੈ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ। ਪਿਆਰੇ ਦਰਸ਼ਕੋ, ਇੱਥੇ ਅਸੀਂ ਦਰਦ 47 ਦੇ ਪ੍ਰੋਗਰਾਮ ਵਾੜੀ ਤਹਿਤ ਇੱਥੋਂ ਦੇ ਬਜ਼ੁਰਗ ਬਾਬਾ ਜੀ ਕਰਤਾਰ ਸਿੰਘ ਜੀ ਨਾਲ ਗੱਲ ਕਰਾਂਗੇ, ਜਿਨ੍ਹਾਂ ਦੀ ਉਸ ਸਮੇਂ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਹਨਾਂ ਦੇ ਕਹਿਣ ਦੇ ਮੁਤਾਬਕ 13 ਕੁ ਸਾਲ ਉਮਰ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਜਦੋਂ ਦੋ ਦੇਸ਼ਾਂ ਦੀ ਜਦੋਂ ਵੰਡ ਆਈ ਉਹਨਾਂ ਨੂੰ ਕਿੰਨੀਆਂ ਕੁ ਮੁਸੀਬਤਾਂ ਦਾ ਸਾਹਮਣਾ ਕਰਕੇ ਭਾਰਤ ਵਾਲੇ ਪਾਸੇ ਆਉਣਾ ਪਿਆ। ਆਓ ਗੱਲ ਕਰਦੇ ਹਾਂ ਬਾਪੂ ਕਰਤਾਰ ਸਿੰਘ ਜੀ ਦੇ ਨਾਲ। ਬਾਪੂ ਜੀ, ਆਪਣਾ ਨਾਂ ਦੱਸੋ ਤੁਸੀਂ। ਸਰਦਾਰ ਕਰਤਾਰ ਸਿੰਘ, ਸਨ ਆਫ ਸਰਦਾਰ ਬਿਸ਼ਨ ਸਿੰਘ ਰਾਇਆ। ਬਾਬਾ ਜੀ, ਤੁਹਾਡਾ ਪਾਕਿਸਤਾਨ ਦੇ ਵਿੱਚ ਪਿੰਡ ਕਿਹੜਾ ਸੀਗਾ? ਸਾਡਾ ਪਿੰਡ 139, ਜ਼ਿਲ੍ਹਾ ਚੱਕ, ਜ਼ਿਲ੍ਹਾ ਸਾਡਾ ਮੁਲਤਾਨ, ਤਹਿਸੀਲ ਖਾਨੇ ਵਾਲ, ਇਲਾਕਾ ਜਹਾਨੀਆਂ। ਅਸੀਂ ਉੱਥੇ ਦੇ ਰਹਿਣ ਵਾਲੇ ਸਾਂ। ਮੇਰੀ ਉਸ ਵੇਲੇ 1934 ਦਾ ਮੇਰਾ ਜਨਮ ਆ। ਮੈਂ 13 ਸਾਲ ਦਾ ਜਦੋਂ ਪਾਕਿਸਤਾਨ ਬਣਿਆ ਸੀ, ਔਰ ਉੱਧਰੋਂ ਅਸੀਂ ਜਿਸ ਵੇਲੇ ਆਏ ਹਾਂ ਬਹੁਤ ਮੁਸ਼ਕਲਾਂ ਪੇਸ਼ ਆਈਆਂ। ਬਾਬਾ ਜੀ, ਤੁਸੀਂ ਉੱਥੇ ਕਿੰਨਾ ਹੀ ਜਮਾਤਾਂ ਤੱਕ ਪੜ੍ਹੇ? ਪੜ੍ਹਿਆ ਮੈਂ ਥੋੜ੍ਹਾ ਹੀ ਸੀਗਾ, ਤੀਜੀ ਕੁ ਜਮਾਤ 'ਚ ਜਦੋਂ ਪੜ੍ਹਦਾ ਸੀਗਾ। ਅਤੇ ਬਾਬਾ ਜੀ, ਉੱਥੇ ਤੁਸੀਂ ਤੁਹਾਡਾ ਜਿਹੜਾ ਘਰ ਬਾਰ ਆ ਉੱਥੇ ਤੁਹਾਨੂੰ ਸਾਰਾ ਉਸ ਸਮੇਂ ਦਾ ਯਾਦ ਵਾ? ਘਰ ਬਾਰ ਜੀ ਬਿਲਕੁਲ ਯਾਦ, ਹਰ ਸ਼ੈ ਯਾਦ ਹੈ। ਉੱਥੇ ਦੇ ਜੋ ਵਸਿੰਦੇ ਲੋਕ ਅਸੀਂ ਛੱਡ ਕੇ ਆਏ, ਸਾਡੇ ਚਾਚੇ ਤਾਏ ਜਾਂ ਭੈਣ ਭਰਾ, ਉਹ ਸਾਨੂੰ ਮੈਨੂੰ ਸਾਰੇ ਯਾਦ ਨੇ, ਔਰ ਪੂਰਿਆਂ ਦਾ ਨਾਂ ਯਾਦ ਹੈ। ਉੱਥੇ ਦੇ ਤੁਹਾਡੇ ਕੋਈ ਸੱਜਣ ਮਿੱਤਰ ਜਿਨ੍ਹਾਂ ਦਾ ਨਾਂ ਯਾਦ? ਇਸ ਤਰ੍ਹਾਂ ਵੀ ਸਾਡੇ ਗੁਆਂਢ, ਸਾਡੀ ਕੰਧ ਸਾਂਝੀ ਸੀ, ਮੁਹੰਮਦਲੀ, ਦੀਨੀ, ਸ਼ੇਰੀ, ਇਹ ਸਕੇ ਭਰਾ ਮੁਸਲਮਾਨ ਮਿਸਤਰੀ ਸਨ ਉਹ ਵੇਲੇ। ਉਦੋਂ ਅੱਗੇ ਇਹ ਸ਼ਫੀ ਸੀ, ਸ਼ਫੀ ਦਾ ਬਾਪ ਰਹਿਮਤ, ਔਰ ਉਹ ਤਖਾਣਾ ਕੰਮ ਕਰਦੇ ਸਨ। ਉਦੋਂ ਅੱਗੇ ਕੁਤਬਦੀਨ ਸ਼ੀਂਬਾ ਸੀ ਉਸ ਟਾਈਮ, ਅਤੇ ਉਦੋਂ ਤਾਂ ਹੁਣ ਤਾਂ ਪਤਾ ਨਹੀਂ ਕੀ ਕੰਮ ਕਰਦੇ, ਉਸ ਵੇਲੇ ਸ਼ੀਂਬੇ ਦਾ ਕੰਮ ਕਰਦਾ ਸੀ। ਉਦੋਂ ਅੱਗੇ ਤਾਜ ਨਾਈ ਸੀ ਜਿਹੜਾ ਨੌ ਕੰਡੇ ਦਾ ਕੰਮ ਕਰਦਾ ਸੀ, ਔਰ ਉਹ ਬਹੁਤ ਲਾਇਕ ਔਰ ਚੰਗੇ ਆਦਮੀ ਸਨ। ਫਿਰ ਉਦੋਂ ਅੱਗੇ ਹੈਗੇ ਸਨ ਕਰਮਦੀਨ ਅਤੇ ਫਜ਼ਲਦੀਨ, ਦੋ ਭਰਾ, ਉਹ ਵੀ ਤਖਾਣਾ ਲੁਹਾਰਾ ਕੰਮ ਕਰਦੇ ਸਨ। ਇਹ ਮੁਸਲਮਾਨ ਇਹ ਨਹੀਂ ਘਰ ਸਨ ਸਾਡੇ ਪਾਸ, ਔਰ ਮੈਂ ਚੰਗੀ ਤਰ੍ਹਾਂ ਜਾਣਨਾ ਉਸ ਵੇਲੇ ਦਾ ਹੋਸ਼ ਵਿਸ਼ਵਾਸ ਮੇਰੇ ਠੀਕ, ਔਰ ਮੈਂ ਉੱਥੋਂ ਦਾ ਜੋ ਵਾਤਾਵਰਨ ਹੈ ਉਹ ਸਾਰਾ ਜਾਣਦਾ, ਔਰ ਸਾਈ ਬਰਾਦਰੀ ਵੀ ਥੋੜ੍ਹੀ ਜਿਹੀ ਯਾਦ ਹੈ ਜਿਹੜੀ ਉਸ ਵੇਲੇ ਹੈ ਸੀ। ਇੱਕ ਰੱਖਾ ਸੀ, ਗੁਰਾ ਸੀ, ਅਤੇ ਅੱਗੇ ਰੋਲੂ ਬੋਲਾ ਸੀ, ਜੱਗੂ ਸੀ, ਭੱਗੋ ਸੀ, ਇਹ ਸਾਰੇ ਉੱਥੇ ਦੇ ਵਸਨੀਕ, ਔਰ ਸਾਡਾ ਚੌਂਕੀਦਾਰ ਮੰਨਦਾ ਸਾਈ, ਉਹ ਜਿਹੜਾ ਉਸ ਵੇਲੇ ਦਾ ਚੌਂਕੀਦਾਰ ਕਰਦਾ ਸੀ। ਉਹਦੇ ਘਰੋਂ ਅਛਰੀ ਸੀ, ਮੁੰਡਾ ਮੁਖਤਾਰ ਸੀ ਮੇਰਾ, ਹਵਾਣੀ ਸੀ, ਔਰ ਬਹੁਤ ਲਾਇਕ ਪੜ੍ਹੇ ਲਿਖੇ ਸੀ ਉਸ ਟਾਈਮ ਦੇ, ਔਰ ਬਹੁਤ ਵਧੀਆ। ਬਾਬਾ ਜੀ, ਉਸ ਵੇਲੇ ਤੁਸੀਂ ਕਿਹੜੀਆਂ ਖੇਡਾਂ ਕੋਈ ਖੇਡ ਖੇਡਦੇ ਰਹੇ ਬਚਪਨ ਦੇ ਵਿੱਚ? ਉਸ ਵੇਲੇ ਜੀ ਅਸੀਂ ਬਹੁਤ ਜ਼ਿਆਦਾ ਕਬੱਡੀ ਖੇਡਦੇ ਸੀ, ਖੂੰਡੀ ਡੰਡਾ ਬਹੁਤ ਖੇਡਦੇ ਸੀ, ਲੁਕਣ ਮਿੱਚੀ ਬਹੁਤ ਖੇਡਦੇ ਸੀ ਉਸ ਜ਼ਮਾਨੇ, ਜਿਹੜੀ ਹੁਣ ਗਾਇਬ ਹੋ ਚੁੱਕੀ ਆ। ਉਹ ਚੀਜ਼ਾਂ ਅਸੀਂ ਉਸ ਟਾਈਮ ਖੇਡਦੇ ਸਾਂ, ਖੂੰਡੀ ਖਿਦੋ ਖੂੰਡੀ ਜਿਹੜੀ ਅੱਧੀ ਦੀ ਰਾਤ ਸੀ, ਤਾਂ ਲੁਕਣ ਮਿੱਚੀ ਖੇਡਣੀ, ਅਤੇ ਕਬੱਡੀ ਬਹੁਤ ਖੇਡਣੀ, ਉਸ ਟਾਈਮ ਦੀਆਂ ਸਾਡੀਆਂ ਖੇਡਾਂ ਸਨ। ਹੁਣ ਉਹ ਗਾਇਬ ਹੋ ਚੁੱਕੀਆਂ, ਹੁਣ ਤਾਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਬਾਬਾ ਜੀ, ਉਸ ਵੇਲੇ ਤੁਹਾਡੀ ਉੱਥੇ ਜ਼ਮੀਨ ਕਿੰਨੀ ਕੀ ਸੀ ਪਾਕਿਸਤਾਨ ਦੇ ਵਿੱਚ? ਉਸ ਵੇਲੇ ਜ਼ਮੀਨ ਸਾਡੀ 75 ਕਿੱਲੇ ਸੀ ਉਸ ਟਾਈਮ, ਉੱਥੇ 3 ਮਰਬੇ ਜ਼ਮੀਨ ਪਾਕਿਸਤਾਨ ਦੇ ਵਿੱਚ ਸੀ ਸਾਡੀ। ਲੰਬੜਦਾਰ ਸੀ ਸਾਡਾ ਬਾਪ ਸਰਦਾਰ ਬਿਸ਼ਨ ਸਿੰਘ, ਔਰ ਅੱਧਾ ਮਰਬਾ ਸਾਨੂੰ ਲੰਬੜਦਾਰੀ ਦਾ ਮਿਲਿਆ ਸੀ ਜਿਹੜਾ ਸੀ, ਉਹ ਵੀ ਸਾਡੇ ਪਾਸ ਸੀ। ਔਰ ਉੱਥੇ ਦਾ ਸਾਡਾ ਮਕਾਨ ਘਰ ਬਾਤ ਬਹੁਤ ਵਧੀਆ, ਉਸ ਵੇਲੇ ਦੇ ਕਹਿਣ ਕਹਾਉਣ ਨਾਲੋਂ ਬਹੁਤ ਵਧੀਆ ਘਰ ਸੀ। ਔਰ ਅੱਜ ਉਹ ਘਰ ਵੇਖਣ ਜਾਈਏ ਤਾਂ ਅੱਜ ਕਰੋੜਾਂ ਦਾ, ਉਸ ਵੇਲੇ ਸਾਡਾ ਹਜ਼ਾਰਾਂ 'ਚ ਬਣਿਆ ਸੀ, ਔਰ ਬਾਹਰੋਂ ਉਦੋਂ ਇੱਟਾਂ ਨਹੀਂ ਬਣਦੀਆਂ, ਇੱਟਾਂ ਬਾਹਰੋਂ ਦੂਰੋਂ ਲਿਆ ਕੇ ਮਕਾਨ ਪੱਕੇ ਬਣਾਏ ਸਨ। ਸਾਡੇ ਪਿੰਡ ਦੇ ਵਿੱਚ ਹੋਰ ਮਕਾਨ ਕਿਸੇ ਦੇ ਨਹੀਂ, ਇੱਕ ਅਛਰ ਸਿੰਘ ਲੰਬੜਦਾਰ ਸੀ, ਉਹਦੀ ਡਿਓੜੀ 'ਤੇ ਉਹਦਾ ਮਕਾਨ ਇੱਕ ਪੱਕਾ ਸੀ, ਬਾਕੀ ਸਾਰੇ ਹੀ ਲੋਕਾਂ ਦੇ ਕੱਚੇ ਮਕਾਨ ਸਨ, ਔਰ ਰਹਿਣ ਸਹਿਣ ਬਹੁਤ ਵਧੀਆ ਸੀ ਉੱਥੇ ਦੇ ਲੋਕਾਂ ਦਾ। ਤੁਹਾਡੇ ਬਾਬਾ ਜੀ ਕਿੰਨੇ ਪਰਿਵਾਰਕ ਦੇ ਮੈਂਬਰ ਸੀ ਤੁਹਾਡੇ ਨਾਲ ਉੱਥੇ? ਮੈਂਬਰ ਤਾਂ ਅਸੀਂ 8-9 ਪਰਿਵਾਰ ਆਪਣੇ ਘਰ ਦੇ ਹੀ ਸਾਂ ਜੀ, ਜਿਹੜੇ ਸਾਂ ਸਰਦਾਰ ਸ਼ਿੰਗਾਰਾ ਸਿੰਘ, ਦਰਬਾਰਾ ਸਿੰਘ, ਕਰਤਾਰ ਸਿੰਘ, ਗੁਲਜ਼ਾਰ ਸਿੰਘ, ਇੱਕ ਸਾਡੀ ਭੈਣ ਸੀ ਅਮਰਜੀਤ, ਇਹ ਸਾਡੀ ਉੱਥੋਂ ਦੀ ਪੈਦਾਇਸ਼ ਆ। ਔਰ ਸਾਰਿਆਂ ਤੋਂ ਵੱਡਾ ਸ਼ਿੰਗਾਰਾ ਸਿੰਘ ਸੀਗਾ ਜਿਹੜਾ ਉਸ ਟਾਈਮ ਥੋੜ੍ਹਾ ਘੁਲਦਾ ਵੀ ਸੀਗਾ, ਔਰ ਬਹੁਤ ਖੇਤੀਬਾੜੀ ਦਾ ਕਾਰੋਬਾਰ, ਔਰ ਉਸ ਟਾਈਮ ਬਹੁਤ ਵਧੀਆ ਕਾਰੋਬਾਰ ਸੀ, ਔਰ ਖੇਤਾਂ 'ਚ ਉਦੋਂ ਨਰਮਾ, ਕਮਾਦ, ਇਹ ਚੀਜ਼ਾਂ ਹੁੰਦੀਆਂ ਸਨ ਜਿਹੜੀਆਂ ਹੁਣ ਗਾਇਬ ਹੋ ਚੁੱਕੀਆਂ ਨੇ, ਔਰ ਇੰਨੇ ਨਰਮੇ ਸਨ ਜਿਹਦਾ ਕੋਈ ਲੇਖਾ ਨਹੀਂ ਉਸ ਟਾਈਮ। ਵਾਹੀ ਜੋਤੀ ਇਹ ਸਾਡੀ ਹੁੰਦੀ ਸੀ ਜਾਂ ਕਣਕ ਹੁੰਦੀ ਸੀ ਆਮ, ਅਤੇ ਇਹ ਚੀਜ਼ਾਂ ਦੀ ਵਾਹੀ ਸੀ। ਬਾਕੀ ਉੱਥੇ ਦਾ ਜਿਹੜਾ ਵਾਤਾਵਰਨ ਸੀ ਸਾਡਾ, ਉਹ ਅੱਜ ਸਾਨੂੰ ਮਿਲ ਨਹੀਂ ਰਿਹਾ।
ਜੋ ਅਸੀਂ ਅੰਗਰੇਜ਼ ਨੂੰ ਕੱਢਿਆ ਉਹ ਵੀ ਅਸਾਂ ਗੁਨਾਹ ਕੀਤਾ, ਕਿਉਂਕਿ ਸਾਨੂੰ ਉਹ ਸਰਕਾਰਾਂ ਨਹੀਂ ਮਿਲੀਆਂ ਜੋ ਇਨਸਾਫ ਵਾਲੀਆਂ ਨੇ। ਇੱਥੇ ਦੀਆਂ ਜੋ ਸਰਕਾਰਾਂ ਨੇ ਇਹ ਮਰੇ ਦੇ ਉੱਤੇ ਕੇਸ ਪਾਉਂਦੀਆਂ ਅਤੇ ਜਿਹੜਾ ਮਾਰਦਾ ਉਹਨੂੰ ਆਜ਼ਾਦ ਕਰਵਾਉਂਦੀਆਂ ਨੇ। ਇੱਥੇ ਦੀਆਂ ਸਰਕਾਰਾਂ ਦਾ ਇਹ ਹਾਲਾਤ ਆ। ਔਰ ਜੋ ਵੀ ਲੋਕ ਨੇ ਕੋਈ ਜੋ ਲੋਕ ਨੇ ਐਡੇ ਚੰਗੇ ਨਹੀਂ, ਔਰ ਸਾਨੂੰ ਉੱਧਰ ਦਾ ਵਾਤਾਵਰਨ ਬਹੁਤ ਪਸੰਦ। ਸਾਡੇ ਜਿੰਨੇ ਵੀ ਇਹ ਵੱਡੇ ਲੋਕ ਚਾਚਾ ਤਾਇਆ ਸਾਡੇ ਵੱਡਿਆਂ ਨੂੰ ਆਉਂਦੇ ਸਨ, ਅਸੀਂ ਉਹਨਾਂ ਨੂੰ ਆਉਂਦੇ ਸਨ, ਰਿਸ਼ਤੇਦਾਰੀਆਂ ਇਕੱਠੇ ਹੁੰਦੇ ਸਾਂ, ਔਰ ਇੰਨਾ ਪਿਆਰ ਸੀ ਜਿਹਦਾ ਹੱਦ ਕੋਈ ਨਹੀਂ। ਬਹੁਤ ਲਾਇਕ ਉਹ ਲੋਕ ਸਨ, ਔਰ ਜਿਹੜੇ ਸਾਡੇ ਨਾਲ ਇੰਨਾ ਸਹਿਯੋਗ ਦਿੱਤਾ ਆਉਣ ਲੱਗਿਆਂ, ਔਰ ਸਾਨੂੰ ਹੰਝੂ ਭਰ ਭਰ ਰੋਏ ਉਹ ਲੋਕ। ਔਰ ਕਿੱਦਾਂ ਜਰ ਪਹਿਲਾਂ ਪਤਾ ਲੱਗਾ ਤੁਹਾਨੂੰ ਪਾਕਿਸਤਾਨ ਦੀ ਵੰਡ ਹੋਣ ਲੱਗੀ? ਇਹ ਤਕਰੀਬਨ ਸਾਨੂੰ ਜੀ 1.5-2 ਮਹੀਨੇ ਪਹਿਲਾਂ ਲੱਗ ਗਿਆ ਸੀ ਪਤਾ ਵੀ ਪਾਕਿਸਤਾਨ ਅਤੇ ਹਿੰਦੁਸਤਾਨ ਹੋ ਗਿਆ। ਫਿਰ ਆਸੇ ਆਸੇ ਲੋਕਾਂ ਨੇ ਘਰ ਦੀਆਂ ਜਾਇਦਾਦਾਂ ਛੱਡ ਕੇ ਔਰ ਆਟੇ ਪਾਣੀ ਜੋ ਵੀ ਰਸਤੇ 'ਚ ਖਾਣ ਵਾਸਤੇ ਥੋੜ੍ਹੇ ਥੋੜ੍ਹੇ ਬਣਾਏ, ਔਰ ਬਹੁਤ ਵਾਰੀ ਭੁੱਖੇ ਰਸਤੇ 'ਚ ਰਹੇ। ਤੁਹਾਨੂੰ ਕੋਈ ਜ਼ਿਆਦਾ ਤਰੀਕ ਸਮਾਂ ਜਦੋਂ ਤੁਰੇ ਉੱਥੋਂ? ਇਹ ਨਹੀਂ ਯਾਦ ਹੈ ਇਸ ਵੇਲੇ। ਕਿੰਨਾ ਸਮਾਂ ਲੱਗਾ ਇੱਧਰ ਆਉਣ ਲੱਗਿਆ? ਇੱਧਰ ਆਉਣ ਲੱਗਿਆ ਸਾਨੂੰ 1.5 ਮਹੀਨਾ ਲੱਗਾ ਜੀ, 1.5 ਮਹੀਨਾ ਇੱਧਰ ਆਉਣ ਲੱਗਿਆ ਲੱਗਾ, ਬਹੁਤ ਸਫ਼ਰ। ਔਰ ਅਸੀਂ ਫਾਜ਼ਿਲ ਕੇ ਤਕਰੀਬਨ 15 ਦਿਨ ਸਾਨੂੰ ਉੱਥੇ ਸਰਕਾਰ ਨੇ ਰੋਕੀ ਰੱਖਿਆ। ਜੋ ਉੱਥੇ ਦੀ ਹਕੂਮਤ ਸੀ ਉਹ ਸਾਡਾ ਬਹੁਤ ਜ਼ੁਲਮ ਕਰਦੇ ਸੀ, ਜਿਹੜੇ ਮੁਸਲਮਾਨ ਸਾਡੇ ਨਾਲ ਆਰਮੀ ਸੀ ਬਹੁਤ ਜ਼ੁਲਮ ਕਰਦੀ ਸਾਡੇ। ਬਹੁਤ ਜੀ ਪਰਿਵਾਰ ਲੋਕਾਂ ਦੇ ਕੈਂਪ ਦੇ ਵਿੱਚੋਂ ਮਾਰੇ ਗਏ। ਔਰ ਜਦੋਂ ਅਸੀਂ ਇੱਧਰ ਨੂੰ ਤੁਰੇ ਹਾਂ, ਜਿੰਨਾ ਚਿਰ ਸਾਨੂੰ ਹਿੰਦੂ ਮਿਲਟਰੀ ਨਹੀਂ ਮਿਲੀ ਉਹਨਾਂ ਚਿਰ ਅਸੀਂ ਇੱਧਰ ਪਾਰ ਨਹੀਂ ਆਏ ਇਸ ਬੰਨੇ, ਉਹਨਾਂ ਚਿਰ ਪਾਰ ਹੀ ਉੱਧਰ ਹੀ ਖਲੋਤੇ ਰਹੇ। ਔਰ ਅਸੀਂ 15 ਦਿਨ ਫਾਜ਼ਿਲ ਕੇ ਰਹੇ ਹਾਂ। ਬਾਬਾ ਜੀ ਤੁਸੀਂ ਆਨੇ ਬਹੁਤ ਪ੍ਰੇਮ ਪਿਆਰ ਸੀ ਤੁਹਾਡਾ ਉਹਨਾਂ ਨਾਲ, ਅਤੇ ਜਦੋਂ ਵੰਡ ਹੋਣ ਲੱਗ ਪਈ ਆ ਉਦੋਂ ਤੋਂ ਬਾਅਦ ਕਿੱਦਾਂ ਦਾ ਪ੍ਰੇਮ ਪਿਆਰ ਰਿਹਾ ਤੁਹਾਡਾ ਉਹਨਾਂ ਨਾਲ? ਤਕਰੀਬਨ ਸਾਡੇ ਨਾਲ ਵੈਸੇ ਠੀਕ ਰਿਹਾ, ਅਤੇ ਜਿਹੜੇ ਫਿਰ ਬਾਹਰ ਕੈਂਪਾਂ 'ਚ ਅਸੀਂ ਆ ਗਏ ਹਾਂ ਫਿਰ ਸਾਡੇ ਨਾਲ ਜ਼ੁਲਮ ਬਹੁਤ ਹੋਇਆ। ਬਾਹਰ ਦੀਆਂ ਦੂਜਿਆਂ ਲੋਕਾਂ ਨੇ ਬਹੁਤ ਬਹੁਤ ਜ਼ੁਲਮ ਕੀਤੇ, ਸਾਡੇ ਬੰਦੇ ਮਾਰੇ ਗਏ ਵਿੱਚੋਂ ਬਹੁਤ ਬਹੁਤ ਕੈਂਪ ਦੇ ਵਿੱਚੋਂ। ਜਿਹੜਾ ਪਿੱਛੇ ਗੱਡਾ ਰਹਿ ਜਾਂਦਾ ਸੀ ਉਹਨੂੰ ਵੀ ਲੁੱਟਮਾਰ ਪੂਰੀ, ਔਰ ਪੂਰਾ ਉਹਨੂੰ ਲੁੱਟਮਾਰ ਕਰਕੇ ਬੰਦੇ ਮਾਰ ਦਿੰਦੇ ਰਹੇ ਨੇ, ਅਤੇ ਨਾਲ ਮਿਲਟਰੀ ਮੁਸਲਮਾਨ ਹੋਣ ਕਰਕੇ ਸਾਡੇ ਨਾਲ ਹੋਰ ਤਦਰਜਦ ਬਹੁਤ ਹੋਈ। ਔਰ ਅਸੀਂ ਬਹੁਤ ਤਸੀਹੇ ਚੱਲੇ ਨੇ ਆਉਣ ਲੱਗਿਆ, ਜਿੰਨਾ ਚਿਰ ਸਾਡੇ ਨਾਲ ਹਿੰਦੂ ਮਿਲਟਰੀ ਨਹੀਂ ਮਿਲੀ ਉਹਨਾਂ ਚਿਰ ਸਾਨੂੰ ਬਹੁਤ ਮੁਸ਼ਕਲਾਂ ਪੇਸ਼ ਆਈਆਂ। ਔਰ ਅਸੀਂ ਇੱਧਰ ਆਏ ਤਾਂ ਹੈ ਪਰ ਅਸੀਂ ਬਹੁਤ ਹੀ ਮੁਸ਼ਕਲਾਂ, ਔਰ ਸਾਨੂੰ ਇੱਧਰ ਆ ਕੇ ਕਿਸੇ ਨੇ ਪੁੱਛਿਆ ਨਹੀਂ, ਔਰ ਅਸੀਂ ਪੁੰਝੇ ਸੌਂ ਇੱਥੇ, ਅਤੇ ਜੋ ਵੀ ਇੱਧਰ ਦੇ ਲੋਕ ਸਨ ਉਹ ਸਾਨੂੰ ਇੰਨਾ ਚੰਗਾ ਨਹੀਂ ਹਨ ਚਾਹੁੰਦੇ, ਸਾਨੂੰ ਪਨਾਹੀ ਆਖਦੇ ਸਨ। ਔਰ ਅਸਾਂ ਇਹਨਾਂ ਨੂੰ ਲੀੜੇ ਪਾਉਣੇ ਅਤੇ ਸਕੂਲ ਜਾਣਾ ਅਸਾਂ ਇਹਨਾਂ ਨੂੰ ਦੱਸਿਆ, ਜਿਹਦੇ ਵਿੱਚ ਇਹ ਚੀਜ਼ਾਂ ਅੱਜ ਸਾਨੂੰ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਜੋ ਕੁਛ ਪਾਕਿਸਤਾਨ ਦੇ ਵਿੱਚ ਸਾਡੇ ਨਾਲ ਹੋਇਆ। ਬਾਬਾ ਜੀ ਉੱਥੋਂ ਕਿੰਨਾ ਕੁ ਸਮਾਨ ਲੈ ਕੇ ਤੁਰੇ ਆਪਣੇ ਘਰ ਪਾਕਿਸਤਾਨ ਤੋਂ? ਪਾਕਿਸਤਾਨ ਤੋਂ ਜੀ ਅਸੀਂ ਸਿਰਫ ਕੋਈ 2-2 ਬੋਰੀਆਂ ਜਾਂ ਬੋਰੀ ਆਟਾ ਪਿਆ ਕੇ ਅਸੀਂ ਤੁਰੇ ਹਾਂ ਗੱਡਿਆਂ 'ਤੇ, ਹੋਰ ਕੁਛ ਨਹੀਂ ਸਾਡੇ ਕੋਲ, ਕੋਈ ਸਮਾਨ ਨਹੀਂ। ਕੋਈ 1-2 ਲੀੜੇ ਸਨ ਜਿਹੜੇ ਲੋਕਾਂ ਦੇ ਗਲਾਂ 'ਚ ਪਾਏ ਸਨ, ਬਸ ਹੋਰ ਕੁਛ ਨਹੀਂ, ਜਾਂ ਢੱਗੇ ਸਨ ਜਿਹੜੇ ਅਸੀਂ ਗੱਡੇ ਜੁੱਤੇ ਸਨ ਉਹ ਲੈ ਕੇ ਇੱਧਰ ਆਏ ਹਾਂ, ਹੋਰ ਕੁਛ ਨਹੀਂ ਸਾਨੂੰ ਉਧਰੋਂ ਲਿਆਂਦਾ ਨਾ ਅਸੀਂ ਲਿਆ ਸਕਦੇ ਹਾਂ। ਤੁਹਾਡੇ ਕਾਫਲੇ 'ਚ ਕਿੰਨੇ ਕੁ ਲੋਕ ਸੀਗੇ? ਸਾਡੇ ਕਾਫਲੇ 'ਚ ਤਕਰੀਬਨ ਜੀ ਕੋਈ 1.5-2 ਲੱਖ ਆਦਮੀ ਸੀ ਸਾਡੇ ਕਾਫਲੇ 'ਚ, ਬਹੁਤ ਹੀ ਵੱਡਾ ਕਾਫਲਾ ਸੀ ਸਾਡਾ, ਔਰ 18-19 ਪਿੰਡਾਂ ਦਾ ਕਾਫਲਾ ਸੀਗਾ ਇਕੱਠਾ। ਹੈ ਜਿਹੜਾ ਚੱਕ ਸਨ ਉੱਧਰ ਸਾਰੇ ਹੀ ਅਸੀਂ ਉਸ ਚੱਕ ਖੁੰਮਦੇ ਸਾਂ, ਕੋਈ ਵੀ ਪਿੰਡ ਦਾ ਨਾਂ ਸੀ ਉਹ ਚੱਕ ਸੀ, 23 ਚੱਕ, 36 ਚੱਕ, 39 ਚੱਕ, 37 ਚੱਕ, 35 ਚੱਕ, ਇਹ ਸਾਰੇ ਉੱਧਰ ਚੱਕ ਹੀ ਸਨ, ਔਰ ਬਹੁਤ ਹੀ ਕਾਰੋਬਾਰ ਸੀ ਉੱਧਰ ਸਾਡੇ। ਪਰ ਹੁਣ ਸਾਨੂੰ ਕੁਛ ਇੰਨਾ ਮਾਹੌਲ ਜਿਹੜਾ ਚੰਗਾ ਨਹੀਂ ਇੱਧਰ ਦਾ ਲੱਗ ਰਿਹਾ। ਸਰਹੱਦ ਕਿੱਥੋਂ ਪਾਰ ਕੀਤੀ ਤੁਸੀਂ? ਸਰਹੱਦ ਅਸੀਂ ਜੀ ਫਾਜ਼ਿਲਕਿਆਂ ਤੋਂ ਕੀਤੀ ਆ, ਫਾਜ਼ਿਲਕੇ ਤੋਂ ਅਸੀਂ ਇੱਧਰ ਹਿੰਦੁਸਤਾਨ 'ਚ ਆਏ ਹਾਂ, ਔਰ ਸਾਡੇ ਨਾਲ ਬਹੁਤ ਸਾਰਾ ਦੁਨੀਆ ਜਿਹੜੀ ਇੱਧਰ ਆਈ, ਕੁਝ ਜਿਹੜੇ ਪਿਛਲੇ ਲੋਕ ਰਹਿ ਗਏ ਥੋੜ੍ਹੇ ਬਹੁਤ ਨੁਕਸਾਨ ਵੀ ਹੋਇਆ ਬਹੁਤ। ਬਾਬਾ ਜੀ ਜੋ ਰਸਤੇ ਦੇ ਵਿੱਚ ਤੁਸੀਂ ਉਸ ਸਮੇਂ ਦੇ ਹਿਸਾਬ ਦੇ ਚਸ਼ਮਦੀਪ ਗਵਾਹ ਜੇ, ਜੋ ਰਸਤੇ ਦੇ ਵਿੱਚ ਹੋਇਆ ਤੁਹਾਨੂੰ ਹੋਰ ਕੋਈ ਜੋ ਯਾਦ ਆ ਤੂੰ ਉਹ ਸਾਡੇ ਅਜੀਤ ਟੀਵੀ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਦੱਸੋ? ਜੀ ਰਸਤੇ ਵਿੱਚ ਸਾਨੂੰ ਮੁਸ਼ਕਲਾਂ ਆਈਆਂ ਨੇ, ਸਾਡੀਆਂ ਖੂਹਾਂ 'ਚ ਜ਼ਹਿਰ ਪਾਏ ਗਏ ਨੇ, ਔਰ ਕਈ ਚੀਜ਼ਾਂ ਨੇ ਸਾਨੂੰ ਬਾਹਰ ਜਾ ਕੇ ਡੰਗਰਾਂ 'ਚ ਕੇ ਪੱਠੇ ਵੀ ਨਹੀਂ ਮਿਲਦੇ ਰਹੇ, ਬਹੁਤ ਮੁਸ਼ਕਲਾਂ ਨਾਲ ਅਸੀਂ ਇੱਧਰ ਆਏ, ਡੰਗਰ ਵੀ ਭੁੱਖੇ ਦੇ ਆਏ ਰਹੇ, ਔਰ ਰਸਤੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਨੇ ਜਿਹੜੀਆਂ ਬਰਦਾਸ਼ਤ ਨਹੀਂ ਕਰਨ ਜੋਗੀਆਂ, ਜਿਨ੍ਹਾਂ ਦੇ ਪਰਿਵਾਰ ਮਾਰੇ ਗਏ ਰਹਿ ਗਏ, ਅੱਜ ਅਸੀਂ ਦੱਸ ਨਹੀਂ ਸਕਦੇ ਉਹਨਾਂ ਪਰਿਵਾਰਾਂ ਦਾ ਕੀ ਹਾਲਾਤ ਆ, ਜਿਹੜੇ ਵਿੱਚ ਚਲੋ ਤੁਰੇ ਆਏ ਠੀਕ ਰਹਿ ਗਏ, ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਮੁਸ਼ਕਲਾਂ ਆਈਆਂ। ਕਤਲੋਗਾਰਤ ਕਿੰਨੀ ਕੋਈ ਬਾਬਾ ਜੀ? ਕਤਲੋਗਾਰਜ ਤਕਰੀਬਨ ਜੀ ਕਾਫੀ ਹੋਈ ਆ, ਉੱਥੇ ਜਦੋਂ ਬਾਹਰੋਂ ਆਣ ਕੇ ਹਜ਼ੂਰ ਪੈਂਦੇ ਸਨ ਉਹ ਬਖਸ਼ਦੇ ਹੀ ਕਿਸੇ ਨਹੀਂ ਸਨ, ਜਿਹੜਾ ਕਾਬੂ ਆ ਗਿਆ ਉਹਨੂੰ ਵਰਤੋਂ ਕਰ ਦਿੱਤੀ, ਚਾਹੇ ਕੋਈ ਬੱਚਾ ਚਾਹੇ ਕੋਈ ਕਿਤਰਾ। ਕਈਆਂ ਧੀਆਂ ਦੀ ਵੀ ਬੇਇੱਜ਼ਤੀ ਹੋਈ, ਚੁੱਕ ਕੇ ਲੈ ਜਾਂਦੇ ਰਹੇ ਨੇ, ਪਿੱਛੇ ਗੱਡੇ ਰਹਿੰਦੇ ਰਹੇ ਨੇ, ਔਰ ਬਹੁਤ ਨੁਕਸਾਨ ਹੋਏ ਨੇ।
ਔਰ ਉਹ ਗੱਲਾਂ ਯਾਦ ਕਰੀਏ ਤਾਂ ਸਾਡੀ ਜ਼ਿੰਦਗੀ ਜਿਹੜੀ ਥੋੜ੍ਹੀ ਬਹੁਤੀ ਹੁਣ ਰਹਿੰਦੀ ਆ ਇਹ ਵੀ ਮਹਿਫੂਜ਼ ਆ, ਕਿਸੇ ਬੰਨੇ ਦਿਲ ਨਹੀਂ ਕਰ ਰਿਹਾ ਉਹਨਾਂ ਗੱਲਾਂ ਨੂੰ ਵੇਖ ਕੇ ਪਛਾਣ ਝਾਤੀ ਮਾਰੀਏ ਤਾਂ। ਸੋ ਇਹ ਬੇਨਤੀਆਂ ਨੇ ਸਾਡੀਆਂ ਵੀ ਇਹ ਕੁਛ ਸਾਡੇ ਨਾਲ ਵਾਪਰਿਆ ਹੈ ਅਤੇ ਬਾਕੀ ਹੁਣ ਇੱਥੇ ਦਾ ਵਾਤਾਵਰਨ ਜੋ ਕੁਛ ਆ, ਇੱਥੇ ਸਾਨੂੰ ਫਤਿਹ ਮੁਹੰਮਦ ਦਾ ਘਰ ਅਲਾਟ ਹੋਇਆ, ਇੱਥੇ ਅਸੀਂ ਰਹਿਣ ਡੇ ਹਾਂ ਔਰ ਫਤਿਹ ਮੁਹੰਮਦ ਜਿਹੜਾ ਸੀ ਇਹ 14 ਸੁਕਮਾਂ ਦਾ ਮਾਲਕ ਸੀ ਔਰ ਉਹਦੇ ਬੱਚੇ ਮੇਰੇ ਕੋਲ ਆਏ ਨੇ ਔਰ ਇੰਗਲੈਂਡ ਤੋਂ ਔਰ ਉੱਥੇ ਡਾਕਟਰ ਸੀ, ਉਹਨੇ ਆ ਕੇ ਮੇਰੇ ਨਾਲ ਬਹੁਤ ਦੁੱਖ ਕੀਤਾ, ਬੜੇ ਗਲੇ ਲੱਗ ਕੇ ਬਹੁਤ ਰੋਇਆ ਔਰ ਬਾਕੀ ਵੀ ਦੋ ਤਿੰਨ ਹੋਰ ਉੱਧਰ ਦੇ ਆਏ ਨੇ ਲੋਕ, ਬਹੁਤ ਪਿਆਰ ਕੀਤਾ ਨਾ ਇੱਥੇ ਆ ਕੇ। ਜਿਹੜਾ ਇਹ ਘਰ ਜਿਹਦੇ ਵਿੱਚ ਤੁਸੀਂ ਇਸ ਸਮੇਂ ਰਹਿ ਰਹੇ ਹੋ, ਇਹ ਫਤਿਹ ਮੁਹੰਮਦ ਪਾਕਿਸਤਾਨ ਦਾ ਸੀ? ਇਹ ਪਾਕਿਸਤਾਨ ਚਲੇ ਗਿਆ ਜੀ, ਫਤਿਹ ਮੁਹੰਮਦ ਦਾ ਘਰ ਸੀ ਇਹ ਔਰ ਰਾਜਪੂਤ ਕੌਮ ਸੀ ਔਰ ਇੱਥੋਂ ਦਾ ਉਹ ਰਾਜਵਾੜਾ ਸੀ ਇਸ ਪਿੰਡ ਦਾ, ਬਹੁਤ ਵੱਡਾ ਮਾਲਕ ਦਾ ਔਰ ਇਹਦੀ ਗੱਲ ਅਦਾਲਤਾਂ ਤੱਕ ਤਾਂ ਬਾਹਰ ਮਨਜ਼ੂਰ ਹੁੰਦੀਆਂ ਸਨ, ਜੋ ਵੀ ਸੀ ਜੋ ਫੈਸਲੇ ਕਰਦਾ ਸੀ ਉਹ ਵੀ ਸਾਰੇ ਉੱਧਰ ਮੰਨੇ ਜਾਂਦੇ ਸਨ। ਬਾਬਾ ਜੀ ਉਹ ਤੁਹਾਡਾ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਤੁਹਾਨੂੰ ਮਿਲ ਕੇ ਗਏ ਤੁਸੀਂ ਤੁਹਾਡੇ ਕਹਿਣ ਦੇ ਮੁਤਾਬਕ, ਅਤੇ ਉਹਨਾਂ ਨੇ ਤੁਹਾਨੂੰ ਕੋਈ ਦੱਸਿਆ ਉਹ ਤੁਹਾਡੇ ਜੋ ਵੀ ਮਤਲਬ ਤੁਹਾਨੂੰ ਕੁਝ ਜਾਣਕਾਰੀ ਦਿੱਤੇ ਹੋਏ? ਇਹ ਫਤਿਹ ਮੁਹੰਮਦਾ ਜੀ ਲੜਕਾ ਸਾਡੇ ਕੋਲ ਆਇਆ ਔਰ ਜਿਹੜਾ ਬਾਹਰ ਅਮਰੀਕਾ ਰਹਿੰਦਾ ਹੈ, ਅਮਰੀਕਾ ਕਹਿ ਰਿਹਾ ਇੰਗਲੈਂਡ ਹੈ ਮੈਨੂੰ ਯਾਦ ਨਹੀਂ ਰਹਿ ਗਿਆ, ਉਹ ਆਇਆ ਸਾਡੇ ਕੋਲ ਇੱਥੇ ਰਿਹਾ, ਦਿਹਾੜੀ ਪੂਰੀ ਰਿਹਾ, ਰੋਟੀ ਪਾਣੀ ਵੀ ਸਾਡੇ ਕੋਲ ਖਾਧਾ ਔਰ ਇੰਨਾ ਉਹ ਰੋਇਆ ਮੈਂ ਕਹਿ ਨਹੀਂ ਸਕਦਾ, ਉਹਦਾ ਦਿਲ ਫੁੱਟ ਫੁੱਟ ਕੇ ਰੋਇਆ ਔਰ ਸਾਡੇ ਗਲੇ ਲੱਗ ਲੱਗ ਕੇ, ਫਿਰ ਉਹਨੂੰ ਮਸੀਤ ਵਿਖਾ ਲਈ, ਮਸੀਤ ਵੇਖ ਕੇ ਹੈਰਾਨ, ਉਹਦਾ ਜਨਮ ਇੱਕ ਘਰ ਵਿੱਚ ਹੋਇਆ ਸੀ, ਉਹ ਘਰ ਵਿਖਾ ਲਿਆ, ਉਹਨੇ ਆਖਿਆ ਮੈਨੂੰ ਘਰ ਵਿਖਾ ਲਓ, ਵਿਖਾ ਲਿਆ ਔਰ ਰਿਹਾ ਔਰ ਉਹਦਾ ਇੰਨਾ ਪਿਆਰ ਪਿੰਡ ਦੇ ਜ਼ਰੀਏ ਸੀ ਵੀ ਮੈਂ ਕਹਿ ਨਹੀਂ ਸਕਦਾ, ਜਿਹੜਾ ਅੱਜ ਦੱਸਿਆ ਨਹੀਂ ਜਾ ਸਕਦਾ, ਇੰਨਾ ਉਹ ਰੋਇਆ ਅਤੇ ਇੰਨਾ ਬੱਚਾ ਉਹ ਸਿਆਣਾ ਸੀ। ਅਤੇ ਬਾਬਾ ਜੀ ਤੁਸੀਂ ਪਾਕਿਸਤਾਨ ਜਦੋਂ ਭਾਰਤ ਪਰਦੀ ਪਾਕਿਸਤਾਨ ਦੀ ਵੰਡ ਹੀ, ਉਹ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਗਏ ਜੇ ਦੁਬਾਰਾ? ਨਹੀਂ ਜੀ, ਅਸੀਂ ਦੁਬਾਰਾ ਨਹੀਂ ਗਏ, ਦਿਲ ਬਹੁਤ ਕਰਦਾ ਜਾਣ ਨੂੰ, ਉਹ ਧਰਤੀ ਜਿੱਥੇ ਜਨਮ ਲਿਆ ਵੇਖਣ ਨੂੰ ਜੀ ਕਰਦਾ, ਪਰ ਉੱਥੇ ਜਾਇਆ ਨਹੀਂ ਗਿਆ, ਨਾ ਅਸੀਂ ਜਾ ਸਕੇ ਹਾਂ ਅਤੇ ਇਸ ਕਰਕੇ ਤਾਂ ਹੁਣ ਬਿਰਧ ਹੋ ਗਏ ਹਾਂ। ਔਰ ਅੱਜ ਕੱਲ੍ਹ ਤੁਹਾਨੂੰ ਜਾਣ ਦਾ ਮੌਕਾ ਮਿਲੇ, ਤੁਸੀਂ ਉਹ ਜਗ੍ਹਾ ਥਾਂ ਉਹ ਪਛਾਣ ਜੋ ਘਰ ਬਾਰ ਆਪਣਾ? ਹਾਂਜੀ, ਘਰ ਬਾਰ ਬਿਲਕੁਲ ਜਾਣਦੇ ਜੀ, ਅਸੀਂ ਬਾਹਰ ਪੈਲੀ ਖੇਤਾਂ ਤੱਕ ਜਾਣਦੇ, ਸਾਡਾ ਕਿੱਥੇ ਕਿੱਥੇ ਮੁਰੱਬਾ ਸੀ, ਘਰ ਬਾਰ ਜਾਣਦੇ ਹਾਂ ਔਰ ਮੈਂ ਇਕੱਲਾ ਆਪਣਾ ਘਰ ਨਹੀਂ, ਮੈਂ ਜਿੰਨੇ ਵੀ ਸਰਦਾਰ ਉੱਥੋਂ ਆਏ ਨੇ ਪਿੰਡ ਦੇ ਉਹਨਾਂ ਸਾਰਿਆਂ ਦੇ ਘਰ ਮੈਂ ਜਾਣਦਾ। ਤੁਹਾਡਾ ਤੁਹਾਡੀ ਉੱਥੇ ਤੁਸੀਂ ਕਹਿਣ ਦੇ ਮੁਕਾਬਲੇ 75 ਕਿੱਲੇ ਜ਼ਮੀਨ ਸੀ, ਤੁਹਾਨੂੰ ਇੱਧਰ ਆਣ ਕੇ ਸਰਕਾਰ ਨੇ ਦਿੱਤੀ ਕੋਈ ਮੋੜ ਵਸੇ ਬੇਲੀ? ਇੱਧਰ ਆ ਕੇ ਜੀ ਬਹੁਤ ਕਟੌਤੀਆਂ ਕੀਤੀਆਂ, ਇੱਥੇ ਸਾਨੂੰ 45 ਏਕੜ ਸਾਰੀ ਜ਼ਮੀਨ ਮਿਲੀ, 45-48 ਕਿੱਲੇ, ਬਾਕੀ ਇਹਨਾਂ ਕੱਟ ਕਟੌਤੀਆਂ ਕਰਕੇ ਪਤਾ ਨਹੀਂ ਕੀ ਕੀਤਾ ਅਤੇ ਕੀ ਨਹੀਂ, ਸਾਨੂੰ ਇੰਨੀ ਕੁ ਜ਼ਮੀਨ। ਤੁਹਾਡੇ ਕੀ ਹਿਸਾਬ ਨਾਲ ਇਹ ਵੰਡ ਤੁਹਾਡੇ ਹੋਣੀ ਚਾਹੀਦੀ ਸੀ ਦੋ ਦੇਸ਼ਾਂ ਦੀ? ਇਹ ਜੇ ਮੇਰੇ ਅਸਲੀਅਤ ਗੱਲ ਪੁੱਛੋ ਤਾਂ ਵੰਡ ਨਹੀਂ ਸੀ ਹੋਣੀ ਚਾਹੀਦੀ ਦੋਵਾਂ ਦੇਸ਼ਾਂ ਦੀ, ਇਹ ਬਹੁਤ ਘਾਤਕ ਔਰ ਮਾੜੀ ਵੰਡ ਹੋਈ ਆ, ਇਹ ਨਹੀਂ ਸੀ ਹੋਣੀ ਚਾਹੀਦੀ, ਵੰਡ ਇੱਕ ਹੀ ਮੁਲਕ ਰਹਿਣਾ ਚਾਹੀਦਾ ਸੀ, ਭਾਵੇਂ ਪਾਕਿਸਤਾਨ ਬਣਦਾ ਚਾਹੇ ਹਿੰਦੁਸਤਾਨ ਬਣਦਾ, ਇੱਕ ਹੀ ਰਹਿਣਾ ਚਾਹੀਦਾ ਸੀ, ਅਤੇ ਇਸ ਕਰਕੇ ਵੰਡ ਨੇ ਸਾਨੂੰ ਔਰ ਉਹਨਾਂ ਨੂੰ ਵੀ ਨੁਕਸਾਨ ਪਿਆ, ਕਿਸਾਨੂੰ ਨਹੀਂ ਮੁਸਲਮਾਨ ਭਰਾਵਾਂ ਨੂੰ ਇੱਧਰੋਂ ਜਿਹੜੇ ਉੱਜੜ ਕੇ ਪਤਾ ਤਾਂ ਉਹਨਾਂ ਨੂੰ ਵੀ ਹੈ ਵੀ ਸਾਡਾ ਕੀ ਵਾਪਰਿਆ, ਇਹ ਬਹੁਤ ਘਾਤਕ ਮੌਕੇ ਸਾਨੂੰ ਵੇਖਣੇ ਪਏ ਨੇ ਔਰ ਇਹ ਦੋ ਚੀਜ਼ਾਂ ਨਹੀਂ ਸਨ ਬਣਨੀਆਂ ਚਾਹੀਦੀਆਂ, ਇੱਕ ਹੀ ਦੇਸ਼ ਰਹਿਣਾ ਚਾਹੀਦਾ ਸੀ। ਬਾਬਾ ਜੀ ਇਹ ਜੀਤ ਵੈਬ TV ਸਾਡਾ ਜਿਹੜਾ ਆਲ ਵਰਲਡ ਦੇ ਵਿੱਚ ਚੱਲਦਾ, ਤੁਹਾਡਾ ਕੋਈ ਉੱਧਰ ਦਾ ਸੱਜਣ ਮਿੱਤਰ ਜਿਹਨੂੰ ਕੋਈ ਜਾਣਦਾ ਹੋਏ, ਤੁਹਾਨੂੰ ਤੁਹਾਡਾ ਨਾਂ ਤੁਸੀਂ ਉਹਦਾ ਜਾਣਦਾ ਹੈ, ਤੁਹਾਨੂੰ ਤੁਸੀਂ ਉਹਨੂੰ ਮਿਲ ਸਕਦੇ ਹੋ, ਉਹਨੂੰ ਕੁਛ ਸੰਦੇਸ਼ ਦੇਣਾ ਚਾਹੁੰਦੇ ਹੋ ਅਜੀਤ ਦੇ ਮਾਧਿਅਮ? ਅਸੀਂ ਜੀ ਇਹ ਗੱਲ ਚਾਹੁੰਦੇ ਹਾਂ ਸਾਨੂੰ ਮਬਦੀ ਮਿਲੇ, ਦੀਨੀ ਮਿਲੇ, ਸ਼ੇਰੀ ਮਿਲੇ ਅਤੇ ਸਾਨੂੰ ਜੋ ਕਦੇ ਮਿਲ ਸਕਣ ਅਤੇ ਮਿਲਣ, ਸਾਨੂੰ ਸਿਨੇ ਵੀ ਘੱਲਣ ਅਤੇ ਸਾਨੂੰ ਖੁਸ਼ੀ ਹੋਏਗੀ। ਸ਼ਫੀ ਸੀ, ਵਲਦ ਰਹਿਮਤ ਸੀ, ਇਹ ਸਾਨੂੰ ਕੋਈ ਵੀ ਬੰਦਾ ਇਹਨਾਂ 'ਚ ਮਿਲੇ, ਸਾਡੀਆਂ ਕੰਧਾਂ ਘਰ ਦੀਆਂ ਸਾਂਝੀਆਂ ਹਨ ਇਹਨਾਂ ਨਾਲ ਔਰ ਬਹੁਤ ਪਿਆਰ ਸੀ ਇਹਨਾਂ ਨਾਲ, ਕਿਉਂ ਇਸ ਕਰਕੇ ਸਾਨੂੰ ਉਹ ਲੋਕ ਮਿਲਣ ਔਰ ਰੱਖਾ ਅਤੇ ਗੁਰਾ ਇਹ ਸਾਡੇ ਘਰ ਦੇ ਮੈਂਬਰ ਸਨ, ਸਾਈ ਸਨ, ਜਿਸ ਤਰ੍ਹਾਂ ਸਾਡੇ ਘਰ 'ਚ ਰਹਿੰਦੇ ਸਨ, ਆਥੜੀ ਕਰਦੇ ਸਨ, ਇਹ ਸਾਡੀ ਜਿੰਦ ਜਾਨ ਸੀ, ਸਾਨੂੰ ਕੋਈ ਵੀ ਸੰਦੇਸ਼ ਦੇਣ ਅਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ, ਉਹ ਸਾਨੂੰ ਮਿਲਣਾ ਚਾਹੁੰਦੇ ਹੋਣਗੇ ਜੇ ਕੋਈ ਜੀਂਦੇ ਹੋਣ ਤਾਂ, ਅਤੇ ਇਸ ਕਰਕੇ ਅਸੀਂ ਆਉਂਦੇ ਹਾਂ ਵੀ ਕੋਈ ਵੀ ਸਾਨੂੰ ਮਿਲੇ ਔਰ ਸਾਡਾ ਪਿਆਰ ਗਾਂ ਵਧੇ, ਅਸੀਂ ਫਿਰ ਕਿਸੇ ਜ਼ਿੰਦਗੀ 'ਚ ਬਦਲ ਕੇ ਫਿਰ ਇਕੱਠੇ ਹੋਈਏ ਕਦੀ। ਪਿਆਰੇ ਦਰਸ਼ਕੋ, ਇਹ ਸਨ ਬਾਪੂ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਤੁਹਾਨੂੰ ਆਪਣੀ ਸਾਰੀ ਹੱਡ ਬੀਤੀ ਸੁਣਾਈ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਸਾਡਾ ਅਜੀਤ ਵੈਬ TV ਫੇਸਬੁੱਕ ਦੇ ਉੱਤੇ ਵੀ ਚੱਲਦਾ ਹੈ ਅਤੇ ਯੂਟਿਊਬ 'ਤੇ ਵੀ ਚੱਲਦਾ, ਤੁਸੀਂ ਵੇਖਣਾ ਜ਼ਰੂਰ, ਆਪਣੇ ਸੁਝਾਅ ਜ਼ਰੂਰ ਭੇਜਣਾ। ਅਸੀਂ ਦੁਬਾਰਾ ਕਿਸੇ ਹੋਰ ਸ਼ਖਸੀਅਤ ਨਾਲ ਅਗਲੇ ਹਫ਼ਤੇ ਮਿਲਾਂਗੇ, ਸਾਨੂੰ ਹੁਣ ਉਦੋਂ ਤੱਕ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।